यूपी ਵਿੱਚ ਵਾਪਰੀ ਘਟਨਾਕ੍ਰਮ ਦੇ ਵਿਰੋਧ ਵਿੱਚ ਅੱਜ ਯੂਥ ਕਾਂਗਰਸ ਨੇ ਗੁਰਦਾਸਪੁਰ ਵਿੱਚ ਕੇਂਦਰ ਦੀ ਮੋਦੀ ਸਰਕਾਰ ਦਾ ਪੁਤਲਾ ਸਾੜ ਕੇ ਕੀਤਾ ਰੋਸ ਪ੍ਰਦਰਸ਼ਨ। ਕਿਹਾ ਭਾਜਪਾ ਸਰਕਾਰ ਡਿਕਟੇਟਰਸ਼ਿਪ ਤੇ ਉਤਰ ਆਈ ਹੈ ਅਤੇ ਭਾਜਪਾ ਮੰਤਰੀ ਨੇ ਸਾਜ਼ਿਸ਼ ਤਹਿਤ ਸ਼ਾਂਤੀਪੂਰਵਕ ਰੋਸ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦੇ ਉੱਪਰ ਹਮਲਾ ਕਰਕੇ 8 ਕਿਸਾਨਾਂ ਨੂੰ ਸ਼ਹੀਦ ਕੀਤਾ ਹੈ। ਉਹਨਾਂ ਨੇ ਮੰਗ ਕੀਤੀ ਹੈ ਕਿ ਜਿਨ੍ਹਾਂ ਭਾਜਪਾ ਆਗੂਆਂ ਅਤੇ ਉਹਨਾਂ ਦੇ ਸਾਥੀਆਂ ਨੇ ਕਿਸਾਨਾਂ ਉੱਪਰ ਹਮਲਾ ਕਰ ਕਿਸਾਨਾਂ ਦੀ ਹੱਤਿਆ ਕੀਤੀ ਹੈ ਉਹਨਾਂ ਦੇ ਖਿਲਾਫ਼ ਹੱਤਿਆ ਦਾ ਮਾਮਲਾ ਦਰਜ ਹੋਣਾ ਚਾਹੀਦਾ ਹੈ ਅਤੇ ਸ਼ਹੀਦ ਹੋਏ ਕਿਸਾਨ ਗਰੀਬਾਂ ਪਰਿਵਾਰਾਂ ਨੂੰ ਮੁਆਵਜ਼ਾ ਦੇਣਾ ਚਾਹੀਦਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਯੂਥ ਕਾਂਗਰਸ ਦੇ ਆਗੂ KP ਭਾੜਾ ਨੇ ਕਿਹਾ ਕਿ UP ਵਿੱਚ ਜੋ ਵੀ ਕਿਸਾਨਾਂ ਦੇ ਨਾਲ ਘਟਨਾਕ੍ਰਮ ਵਾਪਰਿਆ ਹੈ ਉਸ ਦੀ ਉਹ ਕੜੇ ਸ਼ਬਦਾਂ ਵਿੱਚ ਨਿੰਦਿਆ ਕਰਦੇ ਹਨ ਅਤੇ ਕਿਹਾ ਕਿ ਭਾਜਪਾ ਸਰਕਾਰ ਤਾਲੀਬਾਨ ਵਾਲਾ ਰਵੱਈਆ ਅਪਣਾ ਰਹੀ ਹੈ ਅਤੇ ਸ਼ਾਂਤੀਪੂਰਵਕ ਰੋਸ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੂੰ ਆਪਣਾ ਨਿਸ਼ਾਨਾ ਬਣਾ ਰਹੀ ਹੈ। ਉਹਨਾਂ ਨੇ ਕਿਹਾ ਕਿ ਇਹ ਜੋ ਘਟਨਾ ਵਾਪਰੀ ਹੈ ਇੱਕ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਕਿਸਾਨਾਂ ਦੇ ਉੱਪਰ ਹਮਲਾ ਕਰਕੇ ਉਹਨਾਂ ਦੀ ਹੱਤਿਆ ਕੀਤੀ ਹੈ। ਉਹਨਾਂ ਨੇ ਐਲਾਨ ਕੀਤਾ ਹੈ ਕਿ ਉਹ ਹਮੇਸ਼ਾ ਕਿਸਾਨਾਂ ਦੇ ਨਾਲ ਹਨ। ਜਦੋਂ ਵੀ ਕਿਸਾਨ ਯੂਥ ਕਾਂਗਰਸ ਨੂੰ ਆਵਾਜ਼ ਦੇਣਗੇ ਤਾਂ ਉਹ ਕੇਂਦਰ ਦੀ ਮੋਦੀ ਸਰਕਾਰ ਦੇ ਨਾਲ ਮੱਥਾ ਲਗਾਉਣ ਦੇ ਲਈ ਆਪਣੀ ਜੀ ਜਾਨ ਲਗਾ ਦੇਣਗੇ। ਉਹਨਾਂ ਨੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਜਲਦ ਤੋਂ ਜਲਦ ਇਹਨਾਂ ਦੋਸ਼ੀਆਂ ਦੇ ਉੱਪਰ ਹੱਤਿਆ ਦਾ ਮਾਮਲਾ ਦਰਜ ਕੀਤਾ ਜਾਵੇ ਅਤੇ ਮ੍ਰਿਤਕ ਕਿਸਾਨਾਂ ਦੇ ਪਰਿਵਾਰਾਂ ਨੂੰ ਬਣਦਾ ਮੁਆਵਜ਼ਾ ਦਿੱਤਾ ਜਾਵੇ। ਚੜ੍ਹਦੀ ਕਲਾ ਨਿਊਜ਼ 24 ਗੁਰਦਾਸਪੁਰ ਤੋਂ ਜਗਜੀਤ ਸਿੰਘ ਦੀ ਰਿਪੋਰਟ। ਦੇਖੋ ਸਾਡੀ ਲੀਡਰਸ਼ਿਪ ਦੇ ਵੱਲੋਂ ਜਿਸ ਤਰੀਕੇ ਦੀ ਵੀ ਕਾਲ ਸਾਨੂੰ ਆਊਗੀ ਅਸੀਂ ਆਪਣਾ ਪੂਰੀ ਜਾਨ ਲਗਾ ਦਿਆਂਗੇ। ਕਿਸਾਨਾਂ ਦੇ ਨਾਲ ਯੂਥ ਕਾਂਗਰਸ ਹਮੇਸ਼ਾ ਤੋਂ ਖੜੀ ਹੈ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਖੜੀ ਰਹੇਗੀ। ਦੇਖੋ ਇਹ ਬਹੁਤ ਹੀ ਜਿਹੜੇ ਸਾਡੇ ਡੈਮੋਕਰੇਸੀ ਰਾਈਟ ਨੇ, ਜਿਹੜੇ ਸਾਡੇ ਮੁੱਢਲੇ ਹੱਕ ਨੇ, ਉਹ ਸਾਡੇ ਕੋਲੋਂ ਖੋਏ ਜਾ ਰਹੇ ਨੇ। ਤੁਸੀਂ ਦੇਖ ਸਕਦੇ ਹੋ ਕਿ ਸਾਡੀ ਕੌਂਸਟੀਟਿਊਸ਼ਨ ਦੇ ਵਿੱਚ ਲਿਖਿਆ ਗਿਆ ਹੈ ਕਿ ਸਾਨੂੰ ਸੰਵਿਧਾਨ ਦੇ ਵਿੱਚ ਜਿਹੜਾ ਹੈ ਪ੍ਰੋਟੈਸਟ ਕਰਨ ਦਾ ਹੱਕ ਹੈ, ਪਰ ਸਾਡੇ ਮੁੱਢਲੇ ਹੱਕ ਸਾਡੇ ਤੋਂ ਖੋਏ ਜਾ ਰਹੇ ਨੇ। ਬਹੁਤ ਸ਼ਾਂਤੀਪੂਰਵਕ ਤਰੀਕੇ ਦੇ ਨਾਲ ਕਿਸਾਨ ਜਿਹੜੇ ਸੀ ਪ੍ਰੋਟੈਸਟ ਕਰ ਰਹੇ ਸੀ, ਪਰੰਤੂ ਉੱਥੇ ਗੱਡੀ ਚੜ੍ਹਾ ਕੇ ਉਹਨਾਂ ਦੇ ਉੱਤੇ ਇੱਕ ਕਤਲੇਆਮ ਜਿਹੜਾ ਕੀਤਾ ਗਿਆ। ਅਸੀਂ ਕਿਤਾਬਾਂ ਦੇ ਵਿੱਚ ਪੜ੍ਹਦੇ ਸੀ ਕਿ ਜਲ੍ਹਿਆਂਵਾਲੇ ਬਾਗ ਦਾ ਘਟਨਾਕ੍ਰਮ ਹੋ ਗਿਆ, ਹਿਟਲਰ ਦਾ ਜਿਹੜਾ ਜੁਰਮ ਸੀਗਾ ਉਹ ਹੋ ਗਿਆ, ਪਰੰਤੂ ਅੱਜ ਮੋਦੀ ਸਰਕਾਰ ਜਿਹੜੀ ਆ ਉਹ ਸਾਡੇ ਨਾਗਰਿਕਾਂ ਦੇ ਉੱਤੇ ਇਸ ਤਰ੍ਹਾਂ ਹੀ ਹਿਟਲਰ ਦੇ ਵਾਂਗ ਜੁਰਮ ਕਰ ਰਹੀ ਹੈ। ਦੇਖੋ ਉੱਥੇ ਸਾਰੀ ਜਿਹੜੀ ਇਸ ਘਟਨਾ ਦੀ ਵੀਡੀਓ ਹੈ, ਵੀਡੀਓ ਹੋਈ ਹੈ, ਵੀਡੀਓਗ੍ਰਾਫੀ ਹੋਈ ਹੈ, ਔਰ ਜਿਹੜੀ ਗੱਡੀ ਸੀਗੀ ਉਹਦਾ ਨੰਬਰ ਜਿਹੜਾ ਉਸ BJP ਦੇ ਨੇਤਾ ਦੇ ਨਾਮ 'ਤੇ ਰਜਿਸਟਰਡ ਸੀਗਾ। ਸੋ ਇਹ ਸਾਰਾ ਸਰ ਝੂਠ ਹੈ ਕਿ ਇਸ ਤਰੀਕੇ ਦੀ ਬਿਆਨਬਾਜ਼ੀ ਜਿਹੜੀ ਉਹਨਾਂ ਨੂੰ ਆਪਣੇ ਆਪ ਨੂੰ ਬਚਾਅ ਦੇ ਲਈ ਕੀਤੀ ਜਾ ਰਹੀ। ਅਸੀਂ ਇਹੀ ਮੰਗ ਕਰਦੇ ਹਾਂ ਕਿ ਸਖ਼ਤ ਤੋਂ ਸਖ਼ਤ ਕਾਨੂੰਨੀ ਕਾਰਵਾਈ ਧਾਰਾ 302 ਦੇ ਤਹਿਤ ਮਾਮਲਾ ਦਰਜ ਕੀਤਾ ਜਾਵੇ ਅਤੇ ਜਿਹੜਾ ਪਰਿਵਾਰਾਂ ਦੇ ਲਈ ਮੁਆਵਜ਼ਾ ਹੈ ਮੇਰੇ ਹਿਸਾਬ ਦੇ ਨਾਲ ਉਹਨਾਂ ਨੂੰ ਦਿੱਤਾ ਜਾਣਾ ਚਾਹੀਦਾ। ਦੇਖੋ ਜੀ, ਇਹ ਬਹੁਤ ਮੰਦਭਾਗੀ ਘਟਨਾ ਵਾਪਰੀ ਆ ਔਰ ਬੜੀ ਸ਼ਰਮ ਵਾਲੀ ਗੱਲ ਆ ਕਿ ਮੋਦੀ ਸਾਹਿਬ ਇੱਕ ਹੰਕਾਰ ਦੇ ਵਿੱਚ ਬੈਠੇ ਹੋਏ ਨੇ। ਕੋਈ ਵੱਡਾ ਮਸਲਾ ਨਹੀਂ, ਇਹ ਕਾਨੂੰਨ ਵਾਪਸ ਲੈ ਕੇ ਕਿਸਾਨ ਜਥੇਬੰਦੀਆਂ ਦੇ ਨਾਲ ਔਰ ਮਾਹਰਾਂ ਦੇ ਨਾਲ ਸਲਾਹ ਕਰਕੇ ਇਹ ਦੁਬਾਰਾ ਕਾਨੂੰਨ ਬਣਾਏ ਜਾ ਸਕਦੇ ਆ, ਲੇਕਿਨ ਮੋਦੀ ਸਾਹਿਬ ਦੇ ਅੰਦਰ ਹਿਟਲਰ ਦੀ ਰੂਹ ਸ਼ਾਇਦ ਆ ਗਈ ਹੋਈ ਹੈ, ਸ਼ਾਇਦ ਸਦਾਮ ਹੁਸੈਨ ਕਰਨਲ ਗਦਾਫੀ ਦੇ ਰਾਹ 'ਤੇ ਚੱਲ ਪਏ ਹੋਏ ਨੇ। ਜੋ ਜਿਸ ਤਰ੍ਹਾਂ ਦਾ ਅੰਤ ਉਹਨਾਂ ਦਾ ਹੋਇਆ, ਮੈਨੂੰ ਵੀ ਲੱਗਦਾ ਕਿ ਉਹ ਸਮਾਂ ਹੁਣ ਦੂਰ ਨਹੀਂ, ਭਾਜਪਾ ਦਾ ਔਰ ਨਰਿੰਦਰ ਮੋਦੀ ਦਾ ਅੰਤ ਵੀ ਜਿਹੜਾ ਨੇੜੇ ਆ। ਅਸੀਂ ਸੁਣਿਆ ਸੀ ਕਿਤਾਬਾਂ ਦੇ ਵਿੱਚ, ਪੜ੍ਹਦੇ ਸੀ ਕਿ ਜਲ੍ਹਿਆਂ ਵਾਲੇ ਬਾਗ ਦਾ ਸਾਕਾ ਕਿ ਕਿਸ ਤਰ੍ਹਾਂ ਉੱਥੇ ਲੋਕਾਂ ਦੀਆਂ ਖੂਨ ਵਹਾਇਆ ਗਿਆ, ਔਰ ਅੱਜ ਸਾਨੂੰ ਉਹੀ ਦੇਖਣ ਨੂੰ ਮਿਲਿਆ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਬੱਚੇ ਕਿਤਾਬਾਂ ਦੇ ਵਿੱਚ ਪੜ੍ਹਨਗੇ ਔਰ ਇਹ ਕਾਲੇ ਅਕਸ਼ਰਾਂ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਲਿਖਿਆ ਜਾਏਗਾ ਕਿ ਕਿਸ ਤਰ੍ਹਾਂ ਮੋਦੀ ਸਰਕਾਰ ਨੇ ਸਾਡੇ ਪੰਜਾਬ ਨੂੰ, ਖਾਸ ਕਰਕੇ ਔਰ ਹਰਿਆਣੇ ਨੂੰ ਜਿਹੜੇ ਕਿਸਾਨੀ ਦੇ ਨਾਲ ਲੋਕ ਜੁੜੇ ਨੇ, ਉਹਨਾਂ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਆ। ਅਸੀਂ ਮੋਦੀ ਸਾਹਿਬ ਨੂੰ ਸਖ਼ਤ ਸ਼ਬਦਾਂ 'ਚ ਤਾੜਨਾ ਕਰਦੇ ਹਾਂ ਕਿ ਇਹ ਜਲਦ ਤੋਂ ਜਲਦ ਕਾਨੂੰਨ ਵਾਪਸ ਕੀਤੇ ਜਾਣ ਤਾਂ ਜੋ ਲੋਕ ਜਿਹੜੇ ਬਾਰਡਰਾਂ 'ਤੇ ਬੈਠੇ ਆ ਪਿਛਲੇ ਇੱਕ ਸਾਲ ਤੋਂ ਆਪਣੇ ਘਰਾਂ 'ਚ ਆਪਣੇ ਪਰਿਵਾਰਾਂ ਦੇ ਵਿੱਚ ਆ ਕੇ ਬੈਠ ਸਕਣ ਔਰ ਲੋਕਾਂ ਦਾ ਸਬਰ ਦਾ ਇਮਤਿਹਾਨ ਜੋ ਲੈ ਰਹੇ ਨੇ ਮੋਦੀ ਸਾਹਿਬ ਪਿਛਲੇ ਇੱਕ ਸਾਲ ਤੋਂ, ਮੈਨੂੰ ਲੱਗਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਜਿਹੜਾ ਇਮਤਿਹਾਨ ਜਿਹੜਾ ਲੈ ਰਹੇ ਨੇ ਸਬਰ ਦਾ, ਉਹ ਸਬਰ ਦਾ ਬੰਨ ਟੁੱਟ ਜਾਏਗਾ ਔਰ ਲੋਕ ਕਿਸੇ ਹੱਦ ਤੱਕ ਵੀ ਜਾਣ ਲਈ ਹੁਣ ਤਿਆਰ ਨੇ, ਲੋਕ ਮਰ ਮਿਟਣ ਲਈ ਤਿਆਰ ਨੇ ਕਿਸਾਨਾਂ ਦੇ ਲਈ। ਸਾਡੀ ਕਾਂਗਰਸ ਪਾਰਟੀ ਵੀ ਹਮੇਸ਼ਾ, ਕਾਂਗਰਸ ਪਾਰਟੀ ਜਿਹੜੀ ਆ ਉਹ ਕਿਸਾਨਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੀ ਆ। ਸਾਡੀ ਸਾਰੀ ਸਮੁੱਚੀ ਲੀਡਰਸ਼ਿਪ ਜਿਹੜੀ ਆ ਉਹ ਇਸ ਕਾਲੇ ਕਾਨੂੰਨਾਂ ਦੇ ਵਿਰੋਧ 'ਚ ਆ ਔਰ ਅਸੀਂ ਮੰਗ ਕਰਦੇ ਹਾਂ ਕਿ ਕਾਨੂੰਨ ਜਲਦ ਤੋਂ ਜਲਦ ਜਿਹੜੇ ਆ ਵਾਪਸ ਹੋਣ। ਮੈਨੂੰ ਲੱਗਦਾ ਕਿ ਇੱਥੇ BJP ਦੀ ਗੌਰਮੈਂਟ ਨਹੀਂ, ਇੱਥੇ ਤਾਲੀਬਾਨ ਰਾਜ ਕਰ ਰਿਹਾ, ਇਸ ਤੋਂ ਬਿਹਤਰ ਹਾਲਾਤ ਹੋ ਕੀ ਸਕਦੇ ਆ। ਮੈਨੂੰ ਲੱਗਦਾ ਨਹੀਂ ਕਿ ਇਹੋ ਜਿਹੇ ਹਾਲਾਤ ਸ਼ਾਇਦ ਅਫਗਾਨਿਸਤਾਨ ਦੇ ਵਿੱਚ ਵੀ ਹੋਣਗੇ ਜਿਸ ਤਰ੍ਹਾਂ ਦੇ ਹਾਲਾਤ ਅੱਜ ਮੋਦੀ ਸਾਹਿਬ ਨੇ ਹਿੰਦੁਸਤਾਨ ਦੇ ਵਿੱਚ ਪੈਦਾ ਕਰ ਦਿੱਤੇ ਨੇ। ਲੇਕਿਨ ਮੈਂ ਉਹਨਾਂ ਨੂੰ ਦੱਸ ਦੇਣਾ ਚਾਹੁੰਦਾ ਕਿ ਇੱਥੇ ਜਦੋਂ ਜਦੋਂ ਵੀ ਕਿਸੇ ਨੇ ਜ਼ੁਲਮ ਢਾਇਆ ਇਸ ਪੰਜਾਬ ਦੇ ਉੱਪਰ, ਹਿੰਦੁਸਤਾਨ ਦੇ ਉੱਪਰ, ਉਹਦਾ ਹਿੰਦੁਸਤਾਨ ਦੇ ਨਕਸ਼ੇ ਤੋਂ ਉਹਨੂੰ ਨਸਦੇ ਨਮੂਦ ਕੀਤਾ ਗਿਆ ਔਰ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਦੇਖ ਲਿਓ
ये किसान जेड़े है मोदी सरकार इतों पट के बाहर सुट देंगे और जे लोगों वोट पाउन का अख्तियार आ लोगों की वोट लैके सत्ता दे विच काबज ने जे लोगों के लिए बनाई सरकार लोगों के फैसले नहीं लै सकती तो मैं समझना अपने आप इन्हों अस्तीफा दे के बाहर हो जाना चाहिए। देखो कल तुम देखा प्रियंका गांधी जी साड़ी पार्टी के जनरल सैकटरी ने वह भी उत्थे कल गए थे और उन्होंने भी उत्थे पहुँचा दिता अज साडे पंजाब के उप मुख्यमंत्री सरदार सुखजिंदर सिंह जी रंधावा और उन्होंने नाल साडे कुछ विधायक भी गए ने साडे गुरदासपुर तो विधायक पाड़ा जी भी गए ने लेकिन उन्होंने यूपी के बॉर्डर से रोक लिया गया और उत्थे वो धरने पर बैठ गए ने। मैं समझना कि सानू महसूस हो रहा कि असी अपने देश के शायद गुलाम हो गए हैं अज असी अंग्रेजों तो बाद मोदी सरकार के गुलाम हो चुके हैं और बहुत मंदभागी घटना जी कल वापरी है। गुरु महाराज अगे अरदास करते हैं कि उन्होंने परिवारों को भाणा मन का बल बख्शन और नाल दे नाल ही सरकार तो मंग करते हैं कि वो जिहड़े लोग जिहड़े वो मंत्री का बेटा और वो साथी जिहड़े उन्होंने उपर 302 का परचा रजिस्टर होना चाहिए और फौरी तौर पर उन्होंने परिवारों को जिहड़ी आ फाइनैशियल सहायता देनी चाहिए है और नाल दे नाल उन्होंने परिवारों के एक एक जी सरकारी नौकरी दे के जी मत करनी चाहिए। कुल जी असी पूरी कांग्रेस पार्टी यूथ कांग्रेस साड़ी समुची लीडरशिप जी पहला किसान के नाल सी और सानू जिस तरह की कॉल आएगी जिस हद तक आएगी असी मर मिटन लई तैयार है इस संघर्ष।